ਤੁਸੀਂ ਦੇਖ ਰਹੇ ਹੋ ਲੋਕ ਰੰਗ ਪੰਜਾਬੀ ਔਰ ਮੈਂ ਹਾਂ ਜਸਵੰਤ ਸਿੰਘ ਆਪ ਜੀ ਦਾ ਹੋਸਟ ਆਰਟਿਸਟ ਜਸਵੰਤ ਸਿੰਘ ਜਿੱਦਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਮਿਲਾਇਆ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਿ ਜਿਨ੍ਹਾਂ ਨੇ ਆਪਣੇ ਲਾਈਫ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕੁਝ ਨਾ ਕੁਝ ਅੱਛਾ ਕੀਤਾ ਹੁੰਦਾ ਕੋਈ ਐਕਸਟਰਾ ਆਰਡਨਰੀ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਸਨਮੁੱਖ ਅਸੀਂ ਪੇਸ਼ ਕਰਦੇ ਹਾਂ ਅੱਜ ਇਹੋ ਜਿਹੀਆਂ ਸ਼ਖਸੀਅਤਾਂ ਦੇ ਵਿੱਚੋਂ ਇੱਕ ਹੋਰ ਆਰਟਿਸਟ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਪੋਰਟਰੇਟਸ ਦੇ ਵਿੱਚ ਬਹੁਤ ਵੱਡੀ ਮੁਹਾਰਤ ਹਾਸਲ ਕੀਤੀ ਹੈ ਮੇਰੀ ਮੁਰਾਦ ਸਰਦਾਰ ਕੁਲਵੰਤ ਸਿੰਘ ਜੀ ਤੋਂ ਹੈ ਆਈ ਐਮ ਐਨ ਆਰਟਿਸਟ ਫਰੋਮ ਬ੍ਰੈਂਪਟਨ ਓਨਟੇਰੀਓ ਕੁਲਵੰਤ ਜੀ ਤੁਹਾਡਾ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਲਵੰਤ ਸਿੰਘ ਜੀ ਅਤੇ ਲਓ ਹੁਣ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਥੋੜ੍ਹਾ ਜਿਹਾ ਆਪਣੇ ਬਾਰੇ 'ਚ ਬਰੀਫ ਦੇ ਵਿੱਚ ਦੱਸੋ ਜੀ ਮੈਂ ਮੇਰੀ ਸਕੂਲਿੰਗ ਜਿਹੜੀ ਆ ਜੀ ਉਹ ਫਰੀਦਕੋਟ ਤੋਂ ਹੋਈ ਆ ਅਤੇ ਸਕੂਲਿੰਗ ਤੋਂ ਬਾਅਦ ਮੈਂ ਜਿਹੜੀ ਮੇਰੀ ਕਾਲਜ ਦੀ ਪੜ੍ਹਾਈ ਆ ਉਹ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਕਾਲਜ ਗੌਰਮੈਂਟ ਕਾਲਜ ਹੁਸ਼ਿਆਰਪੁਰ ਤੋਂ ਮੈਂ ਮਾਸਟਰਸ ਕੀਤੀ ਹੈ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹਾਂਜੀ ਮੈਂ ਐੱਮ ਏ ਕੀਤੀ ਹੈ ਜੀ ਹਿਸਟਰੀ ਆਫ ਆਰਟ ਹਿਸਟਰੀ ਆਫ ਆਰਟ ਦੀ ਐੱਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪ ਜੀ ਨੇ ਕੀਤੀ ਹੈ ਹਾਂਜੀ ਕੁਲਵੰਤ ਸਿੰਘ ਜੀ ਜਿਹੜਾ ਤੁਹਾਡੀ ਜ਼ਿੰਦਗੀ ਦਾ ਸ਼ੁਰੂਆਤ ਦਾ ਸਫ਼ਰ ਹੈ ਹਾਂਜੀ ਉਹਦੇ ਬਾਰੇ ਥੋੜ੍ਹਾ ਦੱਸਣਾ ਚਾਹੋਗੇ ਕਿ ਤੁਸੀਂ ਵਾਏ ਆਰਟ ਕਿਉਂਕਿ ਮੈਨੂੰ ਪਤਾ ਹੈ ਜਿਸ ਤੱਕ ਤੁਸੀਂ ਕੁਛ ਟਾਈਮ ਜਿਹੜਾ ਹੈਗਾ ਆਰਟ ਵੱਲ ਝੁਕਾਵ ਹੋਣ ਤੋਂ ਪਹਿਲਾਂ ਤੁਸੀਂ ਐਜ਼ ਇਲੈਕਟ੍ਰੀਸ਼ਨ ਕੰਮ ਕਰਨਾ ਸ਼ੁਰੂ ਕੀਤਾ ਸੀ ਅੱਛਾ ਕਿੱਦਾਂ ਆਰਟ ਵੱਲ ਝੁਕਾਅ ਹੋਇਆ ਤੁਸੀਂ ਉਹਦੇ ਬਾਰੇ ਦੱਸਣਾ ਥੋੜ੍ਹਾ ਜਿਹਾ ਅਸਲ ਦੇ ਵਿੱਚ ਕਹਾਣੀ ਇਸ ਤਰ੍ਹਾਂ ਲੱਗਦੀ ਹੈ ਜੀ ਮੈਨੂੰ ਮੇਰੇ ਆਪਣੀ ਐਕਸਪੀਰੀਅੰਸ ਤੋਂ ਕਿ ਆਰਟ ਬਚਪਨ ਤੋਂ ਸੀ ਪਰ ਜਿਹੜਾ ਮਾਂ ਬਾਪ ਜਿਹੜੇ ਸੀ ਮੇਰੇ ਉਹਨਾਂ ਨੂੰ ਆਰਟ ਬਾਰੇ ਅੰਡਰਸਟੈਂਡਿੰਗ ਨਹੀਂ ਸੀਗੀ ਉਨੀ ਕੋਈ ਸਾਡੀ ਫੈਮਿਲੀ ਦੇ ਵਿੱਚ ਕੋਈ ਹੋਰ ਆਰਟ ਨਹੀਂ ਸੀ ਕਰਦਾ ਜੀ ਤੇ ਇਸ ਕਰਕੇ ਉਹਨਾਂ ਨੇ ਜਦੋਂ ਮੈਂ ਹਾਈ ਸਕੂਲ ਪਾਸ ਕੀਤਾ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੈਨੂੰ ਤੁਸੀਂ ਆਰਟ ਕਾਲਜ ਦੇ ਵਿੱਚ ਜਿਹੜਾ ਹੈਗਾ ਮੈਂ ਦਾਖਲਾ ਲੈਣਾ ਚਾਹੁੰਦਾ ਪਰ ਖਾਸ ਕਰਕੇ ਸਾਡਾ ਹਾਈ ਸਕੂਲ ਦਾ ਇੱਕ ਟੀਚਰ ਮਿਸਟਰ ਸਤਪਾਲ ਸੇਠੀ ਜੀ ਉਹਨਾਂ ਦਾ ਨਾਮ ਸੀਗਾ ਜੀ ਉਹਨਾਂ ਦੇ ਨਾਲ ਮੇਰੇ ਫਾਦਰ ਨੇ ਗੱਲਬਾਤ ਕੀਤੀ ਕਿ ਇਹ ਆ ਕਹਿੰਦਾ ਕਿ ਮੈਂ ਫਾਈਨ ਆਰਟਸ ਕਰਨੀ ਹੈ ਤਾਂ ਉਹਨਾਂ ਨੇ ਜਿਹੜਾ ਕਹਿ ਦਿੱਤਾ ਕਿ ਅੱਜ ਕੱਲ੍ਹ ਤਾਂ ਅੱਠਵੀਂ ਜਮਾਤ ਦੇ ਵਿੱਚ ਵੀ ਡਰਾਇੰਗ ਦਾ ਪੇਪਰ ਨਹੀਂ ਲਿਆ ਜਾਂਦਾ ਅੱਛਾ ਠੀਕ ਹੈ ਇਸ ਕਰਕੇ ਕਹਿੰਦੇ ਵੀ ਇਹ ਬੇਵਕੂਫ ਹੈ ਇਹਨੂੰ ਜਿਹੜਾ ਹੈਗਾ ਕੋਈ ਹੋਰ ਪਾਸੇ ਲਾਓ ਇਹਦੇ ਚ ਭੁੱਖੇ ਮਰਨ ਵਾਲੇ ਕੰਮ ਹੈ ਇਸ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਜਿਹੜਾ ਹੈਗਾ ਉਹ ਟ੍ਰੇਡ ਵਾਲੇ ਪਾਸੇ ਜਿਹੜਾ ਉਹ ਕਰਵਾ ਦਿੱਤਾ ਕਿਉਂਕਿ ਮੇਰੇ ਬ੍ਰਦਰ ਨੇ ਪਹਿਲਾਂ ਜਿਹੜਾ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਸਰਟੀਫਿਕੇਸ਼ਨ ਕੀਤੀ ਅੱਛਾ ਅੱਛਾ ਠੀਕ ਹੈ ਤੇ ਉਹ ਜਿਹੜਾ ਸਰਟੀਫਿਕੇਸ਼ਨ ਹੈ ਤੁਸੀਂ ਕਿਸੇ ਸਕੂਲ ਤੋਂ ਕਿਸੇ ITI ਤੋਂ ਜਾਂ ਹਾਂਜੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਫਰੀਦਕੋਟ ਦੇ ਵਿੱਚ ਸੀ ਉੱਥੋਂ ਮੈਂ ਜਿਹੜਾ ਸੀਗਾ ਇਲੈਕਟ੍ਰੀਸ਼ੀਅਨ ਤੇ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਦਿਆਂ ਸਾਰ ਹੀ ਤੁਸੀਂ ਕਿਤੇ ਜੌਬ ਵੀ ਕਰਨ ਲੱਗ ਗਏ ਜਾਂ ਹਾਂਜੀ ਅੱਛਾ ਹਾਂਜੀ ਉਹ ਫਿਰ ਜਿਹੜਾ ਸੀਗਾ ਉਦੋਂ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਕੱਚਿਆਂ ਦੀ ਭਰਤੀ ਹੁੰਦੀ ਸੀ ਮੈਂ ਪਬਲਿਕ
ਵਰਕਸ ਡਿਪਾਰਟਮੈਂਟ ਦੇ ਵਿੱਚ ਜੌਬ ਕਰਨ ਲੱਗ ਗਿਆ ਸੀ ITI ਕਰਦੇ ਆ ਸਾਰੀ ਤੇ ਤੁਸੀਂ ਮੈਨੂੰ ਇਹ ਦੱਸਣਾ ਕਿ ਜੋ ਕੱਚਿਆਂ ਦੀ ਭਰਤੀ ਵਿੱਚ ਤੁਸੀਂ ਇਲੈਕਟ੍ਰੀਸ਼ਨ ਹੋ ਗਏ ਤੇ ਫਿਰ ਤੁਸੀਂ ਇਹ ਕਦੋਂ ਪੱਕਾ ਕਰ ਲਿਆ ਕਿ ਨਹੀਂ ਯਾਰ ਬਹੁਤ ਹੋ ਗਿਆ ਹੁਣ ਮੈਨੂੰ ਆਰਟਿਸਟ ਬਣਨਾ ਚਾਹੀਦਾ ਉਹ ਇਸ ਤਰ੍ਹਾਂ ਹੋਇਆ ਕਿ ਆਰਟ ਨਾਲ ਨਾਲ ਚੱਲਦੀ ਰਹੀ ਇਲੈਕਟ੍ਰੀਸ਼ਨ ਦੀ ਜੌਬ ਜਦੋਂ ਮੈਂ ਪਹਿਲਾਂ ITI ਕਰਕੇ ਉਸ ਤੋਂ ਬਾਅਦ ਅਪ੍ਰੈਂਟਿਸਸ਼ਿਪ ਕਰਕੇ ਬਿਜਲੀ ਬੋਰਡ ਦੇ ਵਿੱਚ ਮੈਂ ਜਦੋਂ ਫ੍ਰੀ ਹੋਇਆ ਤੇ ਨਾਲ ਮੈਂ ਆਰਟ ਕਰਦਾ ਸੀ BA ਕਰ ਰਿਹਾ ਸੀ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਰਾਈਟ ਤਾਂ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਐਜ਼ ਐਨ ਆਰਟ ਟੀਚਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਗੁੱਡ ਤੇ ਉਹਦੇ ਨਾਲ ਫਿਰ ਜਦੋਂ ਮੇਰੀ ਗ੍ਰੈਜੂਏਸ਼ਨ ਕਲੀਅਰ ਹੋਈ ਇਨ ਬਿਟਵੀਨ ਮੈਨੂੰ ਗਵਰਨਮੈਂਟ ਜੌਬ ਮਿਲ ਗਈ ਇਲੈਕਟ੍ਰੀਸ਼ਨ ਦੀ ਅੱਛਾ ਉਹ ਫਰੀਦਕੋਟ ਦੇ ਵਿੱਚ ਹੀ ਉੱਥੇ ਕਚਹਿਰੀਆਂ ਦੇ ਵਿੱਚ ਫਿਰ ਮੇਰੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਸੀਗਾ ਕਿ ਮੈਂ ਆਰਟ ਦੀ ਪੜ੍ਹਾਈ ਕਰਨੀ ਹੈ ਠੀਕ ਤੇ ਜਦੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਤੇ ਮੈਂ ਪਹਿਲਾਂ ਹਿਸਟਰੀ ਆਫ ਆਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਪ੍ਰਾਈਵੇਟ ਦੇ ਤੌਰ ਤੇ ਜਿਹੜਾ MA ਹਿਸਟਰੀ ਆਫ ਆਰਟ ਅਪਲਾਈ ਕੀਤਾ ਤੁਹਾਨੂੰ ਕਿਤੇ ਲੱਗਦਾ ਸੀਗਾ ਕਿ ਜਿਹੜਾ ਜਦੋਂ ਤੁਸੀਂ ਪੇਚਕਸ ਸਕਰੂ ਡਰਾਈਵਰ ਜਾਂ ਤੁਸੀਂ ਕੋਈ ਹੋਰ ਔਜ਼ਾਰ ਚੁੱਕਦੇ ਸੀ ਤੁਹਾਨੂੰ ਏਦਾਂ ਲੱਗਦਾ ਸੀ ਜਿੱਦਾਂ ਮੈਂ ਬ੍ਰਸ਼ ਚੁੱਕ ਲਵਾਂ ਤਾਂ ਜ਼ਿਆਦਾ ਚੰਗੀ ਗੱਲ ਹੈ ਐਗਜੈਕਟਲੀ ਮੈਂ ਬੜੀ ਵਾਰ ਤਾਂ ਏਦਾਂ ਹੋਇਆ ਕਿ ਅਸੀਂ ਕੰਮ ਕਰਦੇ ਹਾਂ ਕੰਧ ਦੇ ਵਿੱਚ ਮੋਰੀ ਕਰਦੇ ਸੀ ਜਾਂ ਸਕਰੂ ਡਰਾਈਵਰ ਨੂੰ ਫੜ ਕੇ ਹਾਂਜੀ ਫਿਰ ਇਹ ਸਵਾਬ ਕਿੱਦਾਂ ਬਣਿਆ ਕਿ ਤੁਸੀਂ ਜਿਹੜਾ ਹੈਗਾ ਕਿਸੇ ਆਰਟ ਕਾਲਜ ਦੇ ਵਿੱਚ ਚਲੇ ਗਏ ਜਾਂ ਤੁਸੀਂ ਗੱਲ ਕੀਤੀ ਸੀ ਹੁਸ਼ਿਆਰਪੁਰ ਦੇ ਕਾਲਜ ਦੀ ਉਹਦੇ ਬਾਰੇ ਦੱਸਣਾ ਤੁਸੀਂ ਇੱਕ ਮੈਨੂੰ ਹਮੇਸ਼ਾ ਮੇਰੀ ਜ਼ਿੰਦਗੀ ਦਾ ਜੋ ਕਦੀ ਮੈਂ ਭੁੱਲਦਾ ਨਹੀਂ ਇੰਸੀਡੈਂਟ ਉਹ ਇਹ ਹੈ ਕਿ ਆਰਟ ਕਾਲਜ ਨੇ ਮੈਨੂੰ ਐਡਮਿਸ਼ਨ ਨਹੀਂ ਦਿੱਤੀ ਰਿਫਿਊਜ਼ ਕਰ ਉਹਦੇ ਬਾਰੇ ਅਸੀਂ ਤਫਸੀਲ 'ਚ ਗੱਲ ਕਰਾਂਗੇ ਹਾਂਜੀ ਤੁਸੀਂ ਇਹ ਦੱਸਣਾ ਕਿ ਤੁਸੀਂ ਹੁਸ਼ਿਆਰਪੁਰ ਕਿੱਦਾਂ ਪਹੁੰਚੇ ਹਾਂਜੀ ਹੁਸ਼ਿਆਰਪੁਰ ਦੀ ਕਹਾਣੀ ਇਸ ਤਰ੍ਹਾਂ ਕਿ ਇੱਕ ਅਮਰ ਪ੍ਰਤਾਪ ਸਿੰਘ ਵਿਰਕ ਅੱਜ ਕੱਲ੍ਹ ਉਹ ਹੋ ਸਕਦਾ IAS ਦੀ ਪੋਸਟ 'ਤੇ ਹੋਣ ਮੇਰੇ ਚੰਗੇ ਸੁਹਿਰਦ ਆਫਿਸਰਸ ਦੇ ਵਿੱਚੋਂ ਸੀਗੇ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਕਿ ਮੈਂ ਅੱਗੇ ਪੜ੍ਹਨਾ ਚਾਹੁੰਦਾ ਫਿਰ ਉਹ ਮੈਨੂੰ ਕਹਿੰਦੇ ਕਿ ਇੱਦਾਂ ਕਰੋ ਕਿ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਤੁਸੀਂ ਲੌਂਗ ਲੀਵ ਲੈ ਕੇ ਵਿਦਆਊਟ ਪੇ ਲੀਵ ਲੈ ਕੇ ਛੁੱਟੀ ਕਰਕੇ ਅਤੇ ਤੁਸੀਂ ਕਾਲਜ ਜੁਆਇਨ ਕਰ ਲਓ ਠੀਕ ਉਹ ਜ਼ਿਆਦਾ ਵਧੀਆ ਰਹੂ ਅਤੇ ਫਿਰ ਇੱਕੋ ਇੱਕ ਕਾਲਜ ਸੀਗਾ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਜਿੱਥੇ ਲੜਕਿਆਂ ਵਾਸਤੇ ਫਾਈਨ ਆਰਟਸ ਪੜ੍ਹਾਈ ਜਾਂਦੀ ਸੀ ਠੀਕ ਉੱਥੇ ਜਾ ਕੇ ਮੈਂ ਟੈਸਟ ਦਿੱਤਾ ਟੈਸਟ ਦੇ ਵਿੱਚੋਂ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਅਤੇ ਮੇਰੀ ਐਡਮਿਸ਼ਨ ਹੋ ਗਈ ਤੁਸੀਂ ਫਰੀਦਕੋਟ ਤੋਂ ਤੁਹਾਡੀ ਫਲਾਈਟ ਸਿੱਧੀ ਹੁਸ਼ਿਆਰਪੁਰ ਨਹੀਂ ਗਈ ਉਹਦੇ ਵਿੱਚ ਇੱਕ ਪੜਾਓ ਆਇਆ ਤੁਹਾਡੇ ਕੋਲ ਜਦੋਂ ਤੁਹਾਨੂੰ ਪਤਾ ਸੀਗਾ ਕਿ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਆਰਟ ਕਾਲਜ ਵੀ ਹੈ ਔਰ ਤੁਸੀਂ ਉੱਥੇ ਆਰਟ ਕਾਲਜ ਪਹੁੰਚੇ ਵੀ ਹਾਂਜੀ ਤੁਸੀਂ ਬੜਾ ਇੰਟਰਸਟਿੰਗ ਵਾਕਿਆ ਹੈ ਤੁਹਾਡੇ ਨਾਲ ਕਿ ਤੁਸੀਂ ਦੱਸਣਾ ਚਾਹੋਗੇ ਕਿ ਜਦੋਂ ਤੁਸੀਂ ਆਰਟ ਕਾਲਜ ਜਾਂਦੇ ਹਾਂ ਕਿਉਂਕਿ ਉਹ ਆਰਟ ਕਾਲਜ ਜਾਣ ਤੋਂ ਪਹਿਲਾਂ ਤੁਸੀਂ ਆਰਟ ਅੱਛੀ ਤਰ੍ਹਾਂ ਕਰਦੇ ਸੀ ਤੁਸੀਂ ਸਕਲਪਚਰ ਵੀ ਕੀਤਾ ਹੋਇਆ ਸੀ ਤੁਸੀਂ ਪੇਂਟਿੰਗਸ ਵੀ ਕਰਦੇ ਸੀ ਫਿਰ ਵੀ ਤੁਹਾਡੇ ਨਾਲ ਉੱਥੇ ਜਿਹੜਾ ਵਿਤਕਰਾ ਹੋਇਆ ਜਾਂ ਤੁਹਾਨੂੰ ਉੱਥੇ ਐਡਮਿਸ਼ਨ ਨਹੀਂ ਦਿੱਤੀ ਗਈ ਇਹਦਾ ਕੀ ਖਾਸ ਕਾਰਨ ਸੀ ਅਤੇ ਤੁਸੀਂ ਕੀ ਸੋਚਦੇ ਹੋ ਕਿ ਉਸ ਟਾਈਮ ਦੇ ਉੱਤੇ ਕੌਣ ਲੋਕ ਸਨ ਉੱਥੇ ਜਿਹੜੇ ਇੱਕ ਹੀਰੇ ਨੂੰ ਪਛਾਣ ਨਹੀਂ ਸਕੇ ਮੈਨੂੰ ਇਹ ਹਮੇਸ਼ਾ ਹੀ ਇਹ ਦੁੱਖ ਰਹਿੰਦਾ ਜੀ ਕਿ ਜੇ ਕਿਤੇ ਆਰਟ ਕਾਲਜ ਮੈਨੂੰ ਉੱਥੇ ਐਡਮਿਸ਼ਨ ਦੇ ਦਿੰਦੇ ਮੈਨੂੰ ਇੱਕ ਇਨਵਾਇਰਨਮੈਂਟ ਮਿਲਿਆ ਹੁੰਦਾ ਮੈਂ 4 ਸਾਲ ਉੱਥੇ ਆਪਣੀ ਸਕਿੱਲ ਨੂੰ ਹੋਰ ਸ਼ਾਰਪ ਕਰਦਾ ਉੱਥੋਂ ਨਵੇਂ ਐਕਸਪੀਰੀਅੰਸ ਲੈਂਦਾ ਪਰ ਜਿਹੜਾ ਕਿ ਮੈਨੂੰ ਉੱਥੇ ਮੈਨੂੰ ਚਾਂਸ ਹੀ ਨਹੀਂ ਮਿਲਿਆ ਉਹਦਾ ਕਾਰਨ ਇਸ ਤਰ੍ਹਾਂ ਹੋਇਆ ਕਿ ਟੈਸਟ ਦਿੱਤਾ ਬੜਾ ਸੋਹਣਾ ਟੈਸਟ ਹੋਇਆ ਮੇਰੇ ਬਾਕੀ ਜਿਹੜੇ ਸਟੂਡੈਂਟਸ ਆਸੇ ਪਾਸੇ ਮੈਂ ਦੇਖ ਰਿਹਾ ਸੀ ਉਹਨਾਂ ਦੇ ਨਾਲੋਂ ਮੇਰਾ ਕੰਮ ਬਹੁਤ ਸੋਹਣਾ ਸੀ ਜਿਹੜਾ ਪ੍ਰੈਕਟੀਕਲ ਸੀ ਅੱਛਾ ਉਸ ਤੋਂ ਬਾਅਦ ਜਦੋਂ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਮਿਸਟਰ VN ਸਿੰਘ ਜਿਹੜੇ ਉਸ ਟਾਈਮ ਦੇ ਪ੍ਰਿੰਸੀਪਲ ਸੀਗੇ ਤੇ ਉਹਦੇ ਨਾਲ ਨਾਲ ਉਹ ਮਿਊਜ਼ੀਅਮ ਦੇ ਡਾਇਰੈਕਟਰ ਸੀ ਬੇਸਿਕਲੀ VN ਸਿੰਘ ਤਾਂ ਮਿਊਜ਼ੀਅਮ ਦੇ ਡਾਇਰੈਕਟਰ ਸੀਗੇ ਹਾਂਜੀ
ਕਿ ਆਰਟ ਦਾ ਉਹਨਾਂ ਨੂੰ ਇੰਨਾ ਜ਼ਿਆਦਾ ਹੋ ਸਕਦਾ ਕਿ ਉਹ ਕਿਊਰੇਟਰ ਅੱਛੇ ਹੋਣ ਜਾਂ ਇੱਕ ਮੈਨੇਜਰ ਅੱਛੇ ਹੋਣ। ਹਾਂਜੀ, ਲੇਕਿਨ ਜਿੱਥੋਂ ਤੱਕ ਮੈਂ ਵੀਐਨ ਸਿੰਘ ਹੋਰਾਂ ਨੂੰ ਜਾਣਦਾ, ਸਾਡੇ ਟਾਈਮ ਦੇ ਉੱਤੇ ਵੀ ਉਹ ਜਿਹੜੇ ਹੈਗੇ ਆ ਡਾਇਰੈਕਟਰ ਹੀ ਸੀਗੇ ਉੱਥੇ, ਅਤੇ ਉਹਨਾਂ ਦਾ ਇੱਕ ਆਪਣਾ ਮਾਹੌਲ ਸੀਗਾ। ਮੈਨੂੰ ਨਹੀਂ ਲੱਗਦਾ ਕਿ ਉਹ ਆਰਟ ਸਟੂਡੈਂਟ ਜਿਹੜੇ ਆ ਉਹਨਾਂ ਦੀਆਂ ਫੀਲਿੰਗ ਨੂੰ ਸਮਝ ਕੇ ਆਰਟਿਸਟਾਂ ਦੇ ਕੰਮਾਂ ਨਾਲ, ਪੇਂਟਿੰਗ ਨਾਲ ਤਾਂ ਹੋ ਸਕਦਾ ਉਹ ਵਾਕਫ ਹੋਣ। ਹਾਂਜੀ, ਤੇ ਮੈਨੂੰ ਲੱਗਦਾ ਕਿ ਉਹ ਕਿਸੇ ਲੈਕ ਸੀਗਾ ਉਹਨਾਂ ਦੇ ਵਿੱਚ, ਡੈਫੀਨੇਟਲੀ ਕੁਛ ਇੱਦਾਂ ਦਾ ਹੋਏਗਾ। ਪਰ ਜਿਹੜੀਆਂ ਉਹਨਾਂ ਦੀਆਂ ਮੈਨੂੰ ਗੱਲਾਂ ਸਾਡੀਆਂ ਇੰਟਰਵਿਊ ਦੌਰਾਨ ਹੋਈਆਂ, ਹਾਂਜੀ, ਪ੍ਰੋਫੈਸਰ ਚੁੱਗ ਬੈਠੇ ਸੀ, ਅੱਛਾ, ਸਕਲਪਚਰ ਦੇ ਜਿਹੜੇ ਸਕਲਪਚਰ ਕਰਦੇ, ਹਾਂਜੀ ਹਾਂਜੀ, ਉਹਨਾਂ ਨੂੰ ਮੈਂ ਜਦੋਂ ਮੇਰਾ ਸਕਲਪਚਰ ਉਹਨਾਂ ਨੇ ਦੇਖਿਆ ਉੱਥੇ ਇੰਟਰਵਿਊ ਦੌਰਾਨ, ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਸਕਲਪਚਰ ਦੇ ਵਿੱਚ ਅਪਲਾਈ ਕੀਤਾ। ਅੱਛਾ, ਮੈਂ ਕਿਹਾ ਜੀ ਨਹੀਂ, ਸਕਲਪਚਰ 'ਚ ਤਾਂ ਨਹੀਂ ਕੀਤਾ, ਮੈਨੂੰ ਪਤਾ ਨਹੀਂ ਸੀਗਾ, ਅਤੇ ਮੈਂ ਪੇਂਟਿੰਗ ਦੇ ਵਿੱਚ ਹੀ ਅਪਲਾਈ ਕੀਤਾ। ਹਾਂ ਹਾਂ, ਉਹਨਾਂ ਨੇ ਰਾਈਟ ਵੇ ਮੈਨੂੰ ਕਿਹਾ, ਕਹਿੰਦੇ ਜੇ ਸਕਲਪਚਰ ਦੇ ਵਿੱਚ ਤੂੰ ਅਪਲਾਈ ਕੀਤਾ ਹੁੰਦਾ ਤਾਂ ਤੇਰੀ ਐਡਮਿਸ਼ਨ ਹੋ ਜਾਣੀ ਸੀ। ਅੱਛਾ, ਤਾਂ ਇਹ ਬੜਾ ਵੱਡਾ ਉਹਨਾਂ ਦਾ ਜਿਹੜਾ ਸੀਗਾ ਸਟੇਟਮੈਂਟ ਸੀ ਜਿਹੜੀ, ਉਹ ਮੈਨੂੰ ਆਪਣੇ ਆਪ ਨੂੰ ਲੱਗਿਆ ਬੜਾ ਕੁਛ ਕਿ ਪੇਂਟਿੰਗ ਵਿੱਚ ਐਡਮਿਸ਼ਨ ਇਸ ਕਰਕੇ ਨਹੀਂ ਹੋਈ ਸ਼ਾਇਦ ਕਿ ਉਹਨਾਂ ਨੂੰ ਲੱਗਿਆ ਕਿ ਤੁਹਾਡਾ ਕੰਮ ਚੰਗਾ ਨਹੀਂ ਹੈ ਜਾਂ ਤੁਹਾਡੀ ਸ਼ਕਲ ਸੂਰਤ ਚੰਗੀ ਨਹੀਂ ਲੱਗੀ, ਕਿਉਂਕਿ ਕੰਮ ਤੁਹਾਡਾ ਤਾਂ ਉਸ ਵੇਲੇ ਅੱਛਾ ਸੀਗਾ। ਹਾਂਜੀ, ਕੰਮ ਠੀਕ ਸੀਗਾ। ਪ੍ਰੋਫੈਸਰ ਆਪਣੇ ਮਿਸਟਰ ਵੀਐਨ ਸਿੰਘ ਨੇ ਮੈਨੂੰ ਸਵਾਲ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਮੇਰਾ ਕੋਈ ਰਿਸ਼ਤੇਦਾਰ ਹੈ। ਅੱਛਾ, ਮੈਂ ਕਿਹਾ ਜੀ ਨਹੀਂ। ਹਾਂ ਹਾਂ, ਕਹਿੰਦੇ ਫਿਰ ਤੈਨੂੰ ਹੋਸਟਲ ਦੇ ਵਿੱਚ ਰਹਿਣਾ ਪੈਣਾ। ਅੱਛਾ, ਮੈਂ ਕਿਹਾ ਹਾਂਜੀ, ਨੋ ਪ੍ਰੋਬਲਮ, ਮੈਂ ਪੜ੍ਹਨਾ। ਅੱਛਾ, ਤੇ ਉਹ ਜਿੱਥੇ ਮਰਜ਼ੀ ਰਹਿਣਾ ਪਵੇ ਮੈਂ ਰਹੂੰਗਾ, ਪਰ ਮੈਂ ਸਿੱਖਣਾ ਹੈ ਕੁਛ। ਠੀਕ, ਤੇ ਫਿਰ ਕਹਿੰਦੇ ਚਲੋ ਠੀਕ ਹੈ, ਫਿਰ ਬਾਅਦ ਮੇ ਮਿਲਤੇ ਹੈ। ਠੀਕ ਹੈ, ਮੈਨੂੰ ਨਹੀਂ ਪਤਾ ਲੱਗਿਆ ਕਿ ਇਹ ਬਾਅਦ ਮੇ ਮਿਲਤੇ ਹੈ ਦਾ ਕੀ ਮਤਲਬ ਸੀ। ਮਤਲਬ ਇਹ ਸੀਗਾ ਕਿ ਤੁਸੀਂ ਜਦੋਂ ਕਿਤੇ ਹੋਰ ਜਗ੍ਹਾ ਤੋਂ ਐਜੂਕੇਸ਼ਨ ਲੈ ਕੇ ਕਿਸੇ ਸਮੇਂ ਤੇ ਬੜੇ ਵੱਡੇ ਪੇਂਟਰ ਬਣੋਗੇ, ਹੈ ਨਾ, ਪੋਰਟਰੇਟ ਪੇਂਟਰ ਬਣੋਗੇ, ਉਦੋਂ ਕਦੀ ਸਵਾਬ ਬਣਿਆ ਤਾਂ ਬਾਅਦ ਮੈਂ ਜ਼ਰੂਰ ਮਿਲਣਗੇ, ਕਦੇ ਇੱਦਾਂ ਤਾਂ ਨਹੀਂ ਸੀ। ਹਾਂਜੀ, ਮੈਂ ਬੜੀਆਂ ਮਿੰਨਤਾਂ ਕੀਤੀਆਂ, ਮੈਂ ਆਪਣੇ ਪ੍ਰੋਫੈਸਰ ਪ੍ਰੇਮ ਸਿੰਘ ਜੀ, ਉਸ ਤੋਂ ਬਾਅਦ ਪ੍ਰਿੰਸੀਪਲ ਵੀ ਰਹੇ, ਹਾਂਜੀ, ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਦਾ ਰਿਹਾ ਕਿ ਮੈਂ ਐਡਮਿਸ਼ਨ ਲੈਣੀ ਚਾਹੁੰਦਾ, ਪਰ ਮੈਨੂੰ ਕਿਸੇ ਵੀ ਪਾਸਿਓਂ ਕੋਈ ਇੱਦਾਂ ਦਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ। ਅੱਛਾ, ਪ੍ਰੇਮ ਸਿੰਘ ਹੋਰਾਂ ਨੇ ਵੀ ਤੁਹਾਨੂੰ ਜਿਹੜਾ ਐਡਮਿਸ਼ਨ ਦੇਣ ਤੋਂ ਕੋਈ ਹਾਮੀ ਨਹੀਂ ਭਰੀ ਸੀ? ਨਹੀਂ ਜੀ। ਅੱਛਾ, ਚਲੋ ਜੀ, ਗੁੱਡ ਲੱਕ ਵਿਦ ਦੈਟ। ਅਤੇ ਆਰਟ ਕਾਲਜ ਤੁਸੀਂ ਨਹੀਂ ਗਏ, ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਹੈ ਤੁਹਾਡੇ 'ਚ ਜਾਂ ਕੋਈ ਕਮੀ ਰਹਿ ਗਈ ਹੋਏਗੀ। ਇਹ ਬੰਦੇ ਦੇ ਮਨ 'ਚ ਇਹ ਰਹਿੰਦਾ ਕਿ ਮੈਂ ਉਸ ਇੰਸਟੀਚਿਊਟ ਵਿੱਚ ਜੇ ਚਲੇ ਜਾਂਦਾ ਤਾਂ ਚੰਗਾ ਹੁੰਦਾ, ਔਰ ਮੈਂ ਸੋਚਦਾ ਕਿ ਉਸ ਇੰਸਟੀਚਿਊਟ ਦੇ ਵਿੱਚੋਂ ਇੱਕ ਦੋ ਤਿੰਨ ਬੰਦੇ ਹੀ ਨਿਕਲਦੇ ਨੇ ਕੋਈ 5-7 ਸਾਲਾਂ ਤੋਂ ਬਾਅਦ, ਅਦਰਵਾਈਜ਼ ਉੱਥੇ ਵੀ ਇਹੀ ਹਾਲ ਹੈ, ਉੱਥੇ ਵੀ ਜਿਹੜਾ ਹੈਗਾ ਕੋਈ ਬਹੁਤੇ ਵਧੀਆ ਸਟੂਡੈਂਟ ਨਹੀਂ ਨਿਕਲਦੇ। ਠੀਕ ਹੈ ਨਾ, ਅਤੇ ਉਹ ਕੋਈ ਮਾੜਾ ਨਹੀਂ ਪੜਾਓ, ਤੁਹਾਡਾ ਜਿਹੜਾ ਸੀਗਾ ਅੱਛਾ ਹੋਇਆ। ਤੁਸੀਂ ਇੱਕ ਸਾਡਾ ਆਪਣਾ ਇੱਕ ਵਧੀਆ ਦੋਸਤ ਹੈ, ਤੁਹਾਡੇ ਟੀਚਰ ਰਹੇ ਨੇ ਜਸਪਾਲ ਜੀ, ਹੈ ਨਾ, ਉਹ ਬਹੁਤ ਅੱਛੇ ਆਰਟਿਸਟ ਨੇ, ਅਸੀਂ ਇਕੱਠੇ ਕੰਪੀਟੀਸ਼ਨ ਕਰਦੇ ਰਹੇ ਹਾਂ, ਅਸੀਂ ਇਕੱਠਿਆਂ ਨੇ ਕਾਫੀ ਸਮਾਂ ਬਿਤਾਇਆ, ਐਗਜੀਬਿਸ਼ਨ ਇਕੱਠਿਆਂ ਕੀਤੀਆਂ। ਤੁਸੀਂ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਕੁਝ ਦੱਸਣਾ ਪਸੰਦ ਕਰੋਗੇ? ਜਸਪਾਲ ਸਿੰਘ ਜੀ ਦਾ ਜ਼ਿਕਰ ਜੋ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ। ਉਸ ਤੋਂ ਬਿਨਾਂ ਸ਼ਾਇਦ ਮੇਰੀ ਗੱਲ ਪੂਰੀ ਨਹੀਂ ਹੁੰਦੀ ਆਰਟ ਫੀਲਡ ਦੇ ਵਿੱਚ। ਮੈਂ ਜਦੋਂ ਬੀ ਏ ਕਰਨੀ ਸ਼ੁਰੂ ਕੀਤੀ ਆ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਉਦੋਂ ਮਿਲਿਆ ਸੀ, ਪਟਿਆਲੇ ਪ੍ਰੈਕਟੀਕਲ ਦੇਣ ਗਿਆ ਸੀ। ਅੱਛਾ, ਵਿਮਨ ਕਾਲਜ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀ। ਠੀਕ, ਅਤੇ ਉਹ ਮੇਰੇ ਜਿਹੜੇ ਆਰਟ ਦੇ ਪਹਿਲੇ ਪ੍ਰੋਫੈਸਰ ਜਿਨ੍ਹਾਂ ਨੂੰ ਮੈਂ ਗਿਣਦਾ, ਉਹਨਾਂ ਦਾ ਨਾਮ ਵੀ ਸਰਦਾਰ ਕੁਲਵੰਤ ਸਿੰਘ ਸੀ। ਅੱਛਾ, ਉਹ ਲੁਧਿਆਣੇ ਬੀ ਐਡ ਕਾਲਜ ਦੇ ਵਿੱਚ ਪਹਿਲਾਂ ਪੜ੍ਹਾਉਂਦੇ ਰਹੇ ਆ, ਉਸ ਤੋਂ ਪਹਿਲਾਂ ਬੀ ਐਡ ਕਾਲਜ ਨਹੀਂ, ਉਹ ਲੜਕੀਆਂ ਦੇ ਕਾਲਜ 'ਚ ਪੜ੍ਹਾਉਂਦੇ ਸੀ ਲੁਧਿਆਣੇ, ਉਸ ਤੋਂ ਪਹਿਲਾਂ ਉਹ ਫਰੀਦਕੋਟ ਦੇ ਵਿੱਚ ਬੀ ਐਡ ਕਾਲਜ 'ਚ ਪੜ੍ਹਾਉਂਦੇ ਸੀ ਜੀ। ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤਾ ਸੀ ਪ੍ਰੋਫੈਸਰ ਜਸਪਾਲ ਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਐੱਮ ਏ ਕਰਨ ਲੱਗਿਆ, ਫਿਰ ਸਾਡੀ ਮੁਲਾਕਾਤ ਜੋ ਹੈ ਉਹ ਜ਼ਿਆਦਾ ਹੋਣੀ ਸ਼ੁਰੂ ਹੋਈ, ਅਤੇ ਅਸੀਂ ਇੰਨਾ ਕੁ ਇਕੱਠਿਆਂ ਨੇ ਕੰਮ ਵੀ ਕੀਤਾ। ਮੈਂ ਕੋਈ ਮਹੀਨਾ ਮਹੀਨਾ ਦੋ ਦੋ ਮਹੀਨੇ ਉਹਨਾਂ ਦੇ ਕੋਲ ਰਹਿੰਦਾ ਰਿਹਾ, ਕਿਉਂਕਿ ਕੰਮ ਦੇ ਵਿੱਚ ਮੈਚਿਓਰਿਟੀ ਆ ਜਾਂਦੀ ਹੈ ਨਾ। ਜਦੋਂ ਇੱਕ ਸਟੂਡੈਂਟ ਮੈਚਿਓਰ ਹੋ ਜਾਂਦਾ, ਉਹਦਾ ਕੰਮ ਮੈਚਿਓਰ ਹੋ ਜਾਂਦਾ, ਟੀਚਰ ਨੂੰ ਵੀ ਲੱਗਦਾ ਕਿ ਇਹ ਅੱਛਾ ਸਟੂਡੈਂਟ ਆ, ਤਾਂ ਉਹ ਨੇੜ ਹੋਣਾ ਬੜਾ ਨੈਚੁਰਲ ਜਿਹਾ ਹੁੰਦਾ। ਹਾਂਜੀ, ਅਤੇ ਮੈਨੂੰ ਲੱਗਦਾ ਇਹੀ ਕਾਰਨ ਹੋਏਗਾ ਕਿ ਤੁਸੀਂ ਨਹੀਂ, ਅਸਲ 'ਚ ਉਹ ਮੇਰੇ ਟੀਚਰ ਨਹੀਂ ਸੀਗੇ ਪਹਿਲਾਂ। ਅੱਛਾ, ਉਹਨਾਂ ਦੇ ਕੋਲ ਮੈਂ ਕਾਲਜ ਦੇ ਵਿੱਚ ਕਿਸੇ ਦੇ ਵਿੱਚ ਵੀ ਨਹੀਂ ਪੜ੍ਹਿਆ। ਅੱਛਾ, ਉਹ ਮੇਰੇ ਦੋਸਤ ਪਹਿਲਾਂ ਸੀਗੇ। ਅੱਛਾ ਅੱਛਾ, ਪਰ ਮੈਂ ਜਦੋਂ ਐੱਮ ਏ ਹਿਸਟਰੀ ਆਫ ਆਰਟ ਕਰ ਰਿਹਾ ਸੀ, ਇੱਕ ਤਾਂ ਉਸ ਵੇਲੇ ਮੈਂ ਉਹਨਾਂ ਦੇ ਕੋਲ ਘਰ ਬੈਠ ਕੇ ਪੜ੍ਹਦਾ ਰਿਹਾ, ਉਹਨਾਂ ਦੇ ਘਰ। ਠੀਕ। ਦੂਸਰਾ ਜਿਹੜਾ ਸੀਗਾ, ਅਸੀਂ ਪੇਂਟਿੰਗਸ ਉਹਨਾਂ ਦੇ ਕੋਲ ਬੈਠ ਕੇ ਮੈਂ ਕਰਦਾ ਹੁੰਦਾ ਸੀ, ਤਾਂ
ਜਿਹੜਾ ਇਹ ਡੈਫੀਨੇਟਲੀ ਮੈਂ ਇਹ ਕਹਿਣਾ ਕਿ ਉਹ ਮੇਰੇ ਟੀਚਰ ਰਹੇ ਆ, ਠੀਕ ਹੈ, ਪਰ ਅਸੀਂ ਦੋਸਤ ਵੀ ਹੈਗੇ ਆ ਬਹੁਤ ਚੰਗੇ, ਤੇ ਟੀਚਰ ਤੇ ਸਟੂਡੈਂਟ ਵਾਲਾ ਰਿਸ਼ਤਾ। ਟੀਚਰ ਉਹੀ ਵਧੀਆ ਹੁੰਦਾ ਜਿਹੜਾ ਦੋਸਤ ਬਣ ਸਕੇ, ਹਾਂਜੀ, ਹੈ ਨਾ, ਪਰ ਦੋਸਤ ਮੈਂ ਸੋਚਦਾ ਉਹੀ ਵਧੀਆ ਹੁੰਦਾ ਹੈ ਕਿ ਜਿਹੜਾ ਸਮੇਂ ਸਮੇਂ ਤੇ ਸਾਨੂੰ ਕੁਝ ਨਾ ਕੁਝ ਟੀਚ ਕਰ ਸਕੇ। ਬਿਲਕੁਲ ਬਿਲਕੁਲ, ਹਾਂਜੀ। ਤੁਸੀਂ ਦੇਖ ਰਹੇ ਹੋ ਸਰਦਾਰ ਕੁਲਵੰਤ ਸਿੰਘ ਆਰਟਿਸਟ ਦੇ ਨਾਲ ਇੰਟਰਵਿਊ, ਅਤੇ ਬਹੁਤ ਸੋਹਣੀਆਂ ਬਹੁਤ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਨੇ, ਅਤੇ ਹੁਣ ਸਮਾਂ ਹੈ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।